ਹੁਣੇ ਹੁਣੇ ਜਿਹੜੀ 20 ਅਕਤੂਬਰ ਨੂੰ ਪਿਛਲੇ 20 ਅਕਤੂਬਰ ਨੂੰ ਗਿੱਦੜਵਾ ਹਲਕੇ ਦੀ ਇੱਕ ਸਲਾਹਕਾਰ ਕਮੇਟੀ ਦਾ ਮੈਂ ਗਠਨ ਕੀਤਾ ਸੀ। ਉਸ ਕਮੇਟੀ ਦੇ ਕਹਿਣ 'ਤੇ ਮੈਂ ਲਗਭਗ 45 'ਚੋਂ ਕੇਵਲ 25 ਪਿੰਡਾਂ ਦੇ ਵਿੱਚ ਇਹਨਾਂ ਦਿਨਾਂ ਦੇ ਦੌਰਾਨ ਜਾ ਸਕਿਆ। ਸਾਰਿਆਂ ਨਾਲ ਮੈਂ ਰਹਿ ਮਸ਼ਵਰਾ ਕੀਤਾ ਹੈ ਇਸ ਚੋਣ ਦਾ, ਔਰ ਇਸ ਚੋਣ ਦੇ ਉਹਨਾਂ ਦੀ ਅੰਤਿਮ ਸਲਾਹ ਔਰ ਉਹਨਾਂ ਦੇ ਵਿਚਾਰ ਔਰ ਉਹਨਾਂ ਦੀ ਜਿਹੜੀ ਰਾਜਨੀਤਿਕ ਤੌਰ 'ਤੇ ਮੇਰੇ ਨਾਲ ਜ਼ਿੰਦਗੀ ਭਰ ਦਾ ਸਾਥ ਹੈ, ਉਸ ਦਾ ਨਿਚੋੜ ਮੈਂ ਤੁਹਾਨੂੰ ਤੁਹਾਡੇ ਸਨਮੁੱਖ ਬੇਨਤੀ ਕਰਨ ਲੱਗਿਆ। ਮੈਨੂੰ ਇਸ ਗੱਲ ਦਾ ਸਾਰਿਆਂ ਪਿੰਡਾਂ ਵਿੱਚੋਂ ਇਨਫੋਰਮੇਸ਼ਨ ਹੈ, ਅਨਫੋਰਚੁਨੇਟਲੀ, ਕਿਉਂਕਿ ਜ਼ਿਮਨੀ ਚੋਣ ਹੈ। ਇੱਥੇ ਵੱਡੀ ਮੰਡੀ ਵੋਟਾਂ ਦੀ ਆਉਣ ਵਾਲੇ ਦਿਨਾਂ ਵਿੱਚ, ਕਿਉਂਕਿ ਹਕੂਮਤ ਲੜ ਰਹੀ ਹੈ, ਦੂਜੇ ਪਾਸੇ ਬਹੁਤ ਸੰਪੰਨ ਜਿਨ੍ਹਾਂ ਕੋਲ ਆਪਣਾ ਪੈਸਾ ਅਤੇ ਸਰਮਾਇਆ ਹੈ ਰਾਜਨੀਤੀ 'ਚੋਂ ਬਣਾਇਆ ਹੋਇਆ, ਉਹ ਚੋਣ ਲੜ ਰਹੇ ਨੇ। ਇੱਕ ਤਾਂ ਇਹ ਨੁਕਤਾ ਸਾਹਮਣੇ ਆਇਆ ਕਿ ਜਦੋਂ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਕੋਲ ਇਹ ਸਲਾਹਕਾਰ ਕਮੇਟੀ 'ਚੋਂ ਕੁਝ ਦੋਸਤ ਮਿਲਣ ਗਏ, ਉਹਨਾਂ ਨਾਲ ਵਿਚਾਰ ਕਰਨ ਗਏ, ਤਾਂ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਕਿ ਅਗਰ ਜਗਮੀਤ ਸਿੰਘ ਬਰਾੜ ਇਹ ਚੋਣ ਲੜਦੇ ਹਨ ਤਾਂ ਉਹਨਾਂ ਨੂੰ 3000 ਵੋਟ ਪਏਗੀ। ਇਹ ਉਹਨਾਂ ਦੇ ਸ਼ਬਦ ਹਨ, ਮੇਰੇ ਕੋਲ ਉਹ ਬੰਦੇ ਮੌਜੂਦ ਹੈ ਜਿਨ੍ਹਾਂ ਦੇ ਸਨਮੁੱਖ ਮੁਅੱਜ਼ਜ਼ ਲੋਕਾਂ ਦੇ ਉਹਨਾਂ ਨੇ ਇਹ ਗੱਲ ਕਹੀ, ਅਤੇ ਮੈਂ ਫਿਰ 10 ਕਰੋੜ ਦੀ ਵੋਟ ਖਰੀਦ ਲਵਾਂਗਾ। ਉਹਨਾਂ ਨੂੰ ਕਹੋ ਉਹ ਚਾਹੇ ਲੜ ਲੈਣ ਚੋਣ, ਲੜ ਕੇ ਦੇਖ ਲੈਣ। ਮੈਂ ਇਹ ਸਾਰੀ ਗੱਲ ਜਿਹੜੀ ਹੈ ਇਸ ਨੂੰ ਔਨ ਰਿਕਾਰਡ ਲਿਆਂਦਾ, ਔਰ ਔਨ ਰਿਕਾਰਡ ਲਿਆ ਕੇ ਮੈਂ ਇਸ ਗੱਲ ਦਾ ਬਿਆਨ ਵੀ ਸਭ ਲੋਕਾਂ ਨੂੰ ਦਿੱਤਾ। ਮੈਂ ਇਹਨਾਂ ਦਿਨਾਂ ਦੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਮਿਲ ਕੇ ਆਇਆ ਹਾਂ। ਬੜਾ ਵੱਡਾ ਨੁਕਤਾ ਹੈ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਇਹ ਫਿਰ ਗੱਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਚੋਣ ਲੜਨ ਤੋਂ ਰੋਕਿਆ ਜਾ ਸਕਦਾ, ਕਿਉਂਕਿ ਉਹਨਾਂ ਨੂੰ ਤਨਖਾਹੀਆ ਡਿਕਲੇਅਰ ਕੀਤਾ ਗਿਆ, ਉਹਨਾਂ ਦੀਆਂ ਖਾਮੀਆਂ, ਉਹਨਾਂ ਦੇ ਬੰਜਰ ਗੁਨਾਹਾਂ ਸਦਕਾ। ਤਾਂ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿੱਧੀ ਚੁਣੌਤੀ ਦਿੱਤੀ, ਔਰ ਸਿੱਧੀ ਚੁਣੌਤੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਇਹ ਇੱਕ ਸਕ੍ਰਿਪਟ ਘੜੀ ਗਈ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਜਿਸ਼ ਕੀਤੀ ਹੈ ਅਕਾਲੀ ਦਲ ਨਾਲ, ਜਿਹੜਾ ਅਕਾਲੀ ਦਲ ਦਾ ਉਮੀਦਵਾਰ ਖੜ੍ਹਾ ਨਹੀਂ ਕੀਤਾ। ਇਹ ਕਿਸੇ ਦੇ ਕਹਿਣ 'ਤੇ ਨਹੀਂ, ਪੰਜਾਬ ਦੇ ਕਿਸੇ ਪੱਤਰ ਦੇ ਰਾਹੀਂ ਨਹੀਂ, ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਹਾਨ ਪ੍ਰਭਤਾ ਔਰ ਅਥੋਰਿਟੀ ਹੈ ਉਹਦੇ ਨਾਤੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਜਵਾਬਦੇਹੀ ਉਹਨਾਂ ਤੋਂ ਮੰਗੀ ਗਈ। ਮੈਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਭ ਤੋਂ ਪਹਿਲਾਂ ਇਹ ਅਪੀਲ ਕਰਨਾ ਚਾਹੁੰਦਾ ਕਿ ਇਹਦੇ ਵਿੱਚ ਉਹਨਾਂ ਦਾ ਬਹੁਤ ਆਪ ਨੋਟਿਸ ਲੈਣਾ ਇੱਕ ਬੜਾ ਹੀ ਡੂੰਘਾਈ ਭਰਪੂਰ ਫੈਸਲਾ ਹੈ, ਔਰ ਜੋ ਐਲੀਗੇਸ਼ਨ, ਜੋ ਇੱਕ ਬਹੁਤ ਗੁਨਾਹ ਭਰਿਆ ਇਲਜ਼ਾਮ ਜਥੇਦਾਰ ਸਾਹਿਬ ਔਰ ਅਕਾਲ ਤਖਤ ਸਾਹਿਬ 'ਤੇ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਲਗਾਇਆ ਹੈ, ਉਹਦੇ 'ਤੇ ਉਹਨਾਂ ਨੂੰ ਸਮਨ ਕਰਨਾ ਚਾਹੀਦਾ, ਔਰ ਸਮਨ ਕਰਕੇ ਇਹ ਪੁੱਛ ਪੜਤਾਲ ਹੋਣੀ ਚਾਹੀਦੀ ਹੈ ਕਿ ਐਡਾ ਵੱਡਾ ਲਾਂਛਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਤਖ਼ਤ 'ਤੇ ਕਿਉਂ ਲਗਾਇਆ ਗਿਆ। ਮੈਂ ਇਸ ਤੋਂ ਬਾਅਦ 5 ਨੁਕਤਿਆਂ ਦੇ ਉੱਤੇ ਤੁਹਾਡੇ ਸਨਮੁੱਖ ਸਾਂਝ ਕਰਕੇ ਅੰਤ ਵਿੱਚ ਆਪਦਾ ਨਿਰਣਾ ਔਰ ਫੈਸਲਾ ਤੁਹਾਨੂੰ ਦੱਸਾਂਗਾ। ਮੈਂ ਸਿਰਫ ਕੇਵਲ ਅਤੇ ਕੇਵਲ ਮੈਥੋਂ ਅੱਜ ਸਤਿਗੁਰੂ ਉਹ ਗੱਲ ਬੁਲਾਵੇ, ਉਹ ਪਰਮਾਤਮਾ, ਉਹ ਪਰਵਤਗਾਰ ਜੋ ਕਣ ਕਣ ਵਿੱਚ ਵੱਸਦਾ, ਜੋ ਤੁਹਾਡੇ ਅਤੇ ਮੇਰੇ 'ਚ ਵੱਸਦਾ, ਮੈਂ ਕੇਵਲ ਅਤੇ ਕੇਵਲ ਅੱਜ ਤੁਹਾਡੇ 8-7 ਪ੍ਰੈਸ ਦੇ ਵਿਅਕਤੀਆਂ ਰਾਹੀਂ, ਮੇਰੇ ਬੰਦੇ ਵੀ ਰਿਕਾਰਡਿੰਗ ਕਰ ਰਹੇ ਨੇ, ਤੁਸੀਂ ਵੀ ਰਿਕਾਰਡ ਕਰ ਰਹੇ ਹੋ, ਔਨ ਰਿਕਾਰਡ ਮੈਂ ਕੇਵਲ ਗੱਲ ਕਰਾਂਗਾ, 5 ਨੁਕਤਿਆਂ 'ਤੇ ਗੱਲ ਕਰਾਂਗਾ। ਪਹਿਲਾ ਨੁਕਤਾ, ਸੰਧਿਆ ਜਿੰਦਲ ਜਿਨ੍ਹਾਂ ਦਾ ਵੀਡੀਓ ਵਾਇਰਲ ਹੋਇਆ ਦੁਨੀਆ ਦੇ ਵਿੱਚ, ਕਿ ਕਿਸ ਪ੍ਰਕਾਰ ਉਹਨਾਂ ਦੇ ਪਰਿਵਾਰ ਨੂੰ, ਕਿਸ ਪ੍ਰਕਾਰ ਉਹਨਾਂ ਦੇ ਬੱਚਿਆਂ ਨੂੰ ਟੈਨਸ਼ਨ ਦੇ ਵਿੱਚ ਦੀ ਗੁਜ਼ਰਨਾ ਪਿਆ, ਔਰ ਉਹਨਾਂ ਨੇ ਅਪੀਲ ਕੀਤੀ ਕਿ ਕੋਈ ਵੀ ਔਰਤ ਅਤੇ ਕੋਈ ਵੀ ਧੀ ਭੈਣ ਜਿਹੜੀ ਹੈ ਉਹ ਕਾਂਗਰਸ ਦੀ ਕੈਂਡੀਡੇਟ ਨੂੰ ਵੋਟ ਨਾ ਪਾਵੇ, ਕਿਉਂਕਿ ਮੇਰੇ ਨਾਲ ਇਹ ਵਰਤਾਓ ਜਿਹੜਾ ਉਹ ਕੀਤਾ ਗਿਆ। ਇਹਦੇ 'ਚ ਕੋਈ ਪੋਲੀਟੀਕਲ ਮੋਟੀਵੇਸ਼ਨ ਨਹੀਂ, ਇੱਕ ਪੰਜਾਬ ਦੀ ਧੀ ਦੇ, ਚਾਹੇ ਉਹ ਅਗਰਵਾਲ, ਗੁਪਤਾ, ਜਿੰਦਲ ਪਰਿਵਾਰ ਨਾਲ ਸੰਬੰਧਿਤ ਹੈ, ਚਾਹੇ ਉਹ ਕਿਸੇ ਵੀ ਜ਼ਾਤ ਬਰਾਦਰੀ ਨਾਲ ਸੰਬੰਧਿਤ ਹੈ, ਇੱਕ
एक धी की भैन की आवाज़ जिहड़ी इंसाफ मंगदियां ये दुहाई दे रही है कि मेरी काली बिंदी। देखो भारत की संस्कृति का ये बहुत माने ने जो उन्होंने गल कही है कि मैं आपके मत्थे ते उस दिन हुण लाल टिक्का लावांगी जिस दिन मैं इंसाफ मिलेगा। एक तो मैं गिदड़वा की धरती से समुचे पंजाब के लोगों को कोई इतों की गल नहीं, खनौरी मंडी तो लैके डेरा बाबा नानक तक लखां की तादाद में अग्रवाल ते जिंदल ते गुप्ता परिवार मेरी राजनीति में मदद करते रहे ने। मेरे बहुत परम मित्र ने, वड्डे तो वड्डे अफसर, चाहे कोई DGP रहा चाहे कोई चेयरमैन ऑफ द इलैक्सिटी बोर्ड रहे, बहुत वड्डा योगदान इन छोटे व्यापारी परिवारों का पंजाब की राजनीति च है। मैं आपकी उस धी या भैन में एक तो यह विश्वास दवाना कि उन्होंने इंसाफ दवाने लिए मैं अपने वालों हर खीला करांगा, ते अगर रब ने मैनू तौफीक दिती मेरे पंजाब के लोगों की मदद नाल, मैं उदे मत्थे ते आपदियां धियां ते भैणां ते मातावां ते उदे परिवार तो उदे मत्थे ते लाल टिक्का मैं लवा के दम लवांगा। पहला नुकता, कागज़ परवाउण आए साहब जोगिंदर सिंह हुसनर इत्थे खड़े है, कौर सिंह जी हुसनर साहब इत्थे विराजमान है, गुरजंट सुहासा बुट इधर अमृतधारी, दो तीन ना हो रह गए केवल, फिक्र ना करो। गुरजंट सिंह जी आसा बुटर जेडे 1977 तो मेरे नाल जेडे परिवार चले आए हैं, मैं 1500 बंदा मैं भी ऑन रिकॉर्ड लिया दें, अगर वो रिकॉर्ड उन्होंने गल्लां लियांदियां, लगभग 1500 बंदा मैं गिदड़वा हल्के दे इन्हां 50 पिंडा दा UDC LDC JEE स्पोर्ट्स कोटे दे विच एडमिनिस्ट्रेटिव मैंबर दे वजों बंदे रखे सी। उन्हां सारिआं परिवारां ने कहा कि लख एक लख घटो घट पेनशन मिलती है जगमीत सिंह जी, असं तुहाडा साथ निभावांगे। उन्होंने मैं सारिआं दा नां की लवां, सुखमंदर सिंह हुसनर गंसी सिंह 85 साल का मजहबी सिखा का लीडर गरीब, जिन्होंने मैनू इस मौके पर यह राय दिती है, ये मशवरा दिता है, वह मैं आप जी के सामने जरूर पढ़ागा क्योंकि वो बंदिया ने कागज़ भरा मेरे नाल गए। मैनू जब उस कहते कोई बंदा इन्हां नाल नहीं चलेगा, हज़ारा की तादाद कांग्रेस का वर्कर मेरे नाल चलिया, जिदे रघबीर सिंह जी प्रधान साहब सबका MLA जिहड़े मेरे नाल कागज़ भरवाउण गए, रिपजीत सिंह बरार XML, सरदार अजैब सिंह जी गुंदारा, सरदार हरफूल सिंह जी हरीके, नाल बैठे हैं मेरे खब्बे पासे साबल कौर सिंह जी दौला, नाल दी नाल गुरमीत सिंह जी हरीके कला, वड्डा पिंड है गिदड़वा हल्के का, जसविंदर सिंह जी साबका सरपंच कोटली अबलू, उन्होंने भाई सरदार जसवीर सिंह जी कोटली अबलू, नाल दी नाल अमरजीत सिंह जी साहब चंद नत्था सिंह जी खड़े ने इत्थे उपस्थित ने भलाईआणा, जिन्हों का आपदे नगर में यह तो कहें सी ना उतो 200 जिहड़े अद्धा पिंड जिन्हां दे सहयोग नाल मैनू मदद करदा, गुरमीत सिंह जी बुटर श्री सुपुत्र जथेदार शिया सिंह जिहड़े 96 करोड़ी जथे दे एक इमानदार हैड सी, और मैनू याद आउंदा लंबी गल मैं ना करा कि बलवंत गारगी जो पंजाबी साहित का सब तो वड्डा एक तरह नाल राइटर और बुढ़लाडे दे रहन वाले एक बाणिया परिवार जन्म लैके पंजाबी मां बोली का अलंबरदार बलवंत गारगी ने कहानी लिखी सी निहिंग कड़ाका सिंह। निहिंग कड़ाका सिंह दे विच निहिंग दा करैक्टर दस्या गया सी कि धीआं भैणां दीआं शादियां लंगर खवाउंदा, ओ जिहड़ा 96 करोड़ी जथे दा इत्थों दा सारा जथेदार गुरमीत सिंह जी आसा बुट उन्हां दे परिवार ने मेरा सहयोग देण दा मेरे नाल तुरे। इन्हां हालातां जदों टाइट पोजिशन होए, सरदार निर्मल सिंह जी वाड़ा किशनपुरा अपराध एलीगेशन ऑन रिकॉर्ड इन द पंजाब विधानसभा ऑन द रिकॉर्ड विद SSP मानसा, कुछ वरें पहला कांग्रेस का प्रधान अफीम दे केस विच फड़िया गया, राजा अमरिंदर सिंह MLA होंगे, दो बंदे जिहड़े नाल पकड़े गए उन्हां तो जदों बयान ले गए उन्होंने अगों कहा कि ए माल ए अफीम राजा वड़िंग MLA गिदड़वा दी है। ऑन रिकॉर्ड फिर गल करदा पंजाब दी विधानसभा विच बिक्रमजीत सिंह मजीठिया ने खड़ो के कहा और राजे तू आ दो बंदे मैं उन लीडरां दे नां नहीं लेना चाहुंदा, तुहानू भी पता है मैनू भी पता है इस इलाके दे हन फरीदकोट दे हन, तू दो बंदियां नू नाल लेके आया, तू सुखबीर जी दे पैरां च डिग्गिया, तू मेरे पैरां च डिग्गिया कि जे फीम दा केस क्योंकि बयान आ गए है
एसएसपी ने जिमनी बयान लिख लिए हैं, इस करके मैनू माफ़ कर दो, ये गलती होगी, अगे तो ये अफीम का धंधा मैं नहीं करांगा। दूजा ऑन रिकॉर्ड कला जगमीत सिंह नहीं कह रहा, पंजाब की विधानसभा। नंबर तीन, कटारिया परिवार खुदकुशी की, बच्चों ने, बाप ने, वाइफ बच गई, मेल है ऑन रिकॉर्ड विद द डायरेक्टर जनरल ऑफ पुलिस एंड द पंजाब गवर्नमेंट, जिहड़ी रोज़े कहती है कि असी इंसाफ देना है, वो खुदकशियां, वो परिवार हमेशा लई इस व्यक्ति दे रिश्तेदारां दे प्रेशर दे अधीन करोड़ों रुपए का जो कफला किया गया सी उहदे राहीं, इह तीजा इल्जाम जो कि ऑन रिकॉर्ड है, वो मैं नहीं ला रहा, ऑन रिकॉर्ड है। चौथी गल, 400 करोड़ का कफला बसां दीआं बॉडियां लगाउण दा, असैंबली दे विच पंजाब दे मुख्यमंत्री ने एक बार नहीं, जिन्हां दी पार्टी दा उम्मीदवार इत्थे चोण लड़ रहा है, मैं अज मुख्यमंत्री नूं ये पुछना चाहुंदा कि तुसीं ऑन रिकॉर्ड ये क्या, चुप कर जे बोलिया बड़ा उच्चा हो बोलदा है, तेरा 400 करोड़ का बॉडी का जिहड़ा बसा की बनाई गई उहदा केस तैयार पिया है, किसी वेले भी एक्शन लाया जा सकता है। ये चौथी ऑन रिकॉर्ड गल मैं आप जी दे सामुख रखी है, जिहड़ी कोई मेरी मनघड़त स्टोरी नहीं, इस गल का ज्ञान सारिआं लोकां नूं है। मैं अगली गल आप जी दे सामने एक ये करनी चाहुंदा, संध्या जी का आ गया, अफीम का केस आ गया, कटारिया परिवार आ गया, बसा दियां बाड़ियां आ गईं, श्री अकाल तख्त साहब की गल आ गई। हुण अगली सानू राजनीति विच 45-50 वरे हो गए ने, इस गिदड़बाह ने चरणजी लाल धीर वर्गा इमानदार बंदा, पूरन सो मदीर वर्गा बंदा, इस धरती ने प्रकाश सिंह बादल वर्गा एक लीडर और पॉलिटिशियन, इस धरती ने हरचरण सिंह बराड़ नूं भी जिताया जिहड़े मुख्यमंत्री रहे हैं, और रघुवीर सिंह प्रधान अर्गे और अनेक हरमन प्यारे बंदे इस धरती ने पॉलिटिशियन पैदा किए हैं। और इस धरती दे मैं नौजवानों नूं पुछना चाहुंदा, मैं इत्थों दे शैलर इंडस्ट्री दे बंदियां नूं पुछना चाहुंदा कि की गल घुट के राजे दे और उहदे रिश्तेदारां ने करोड़ां रुपए की करप्शन नहीं की। अगर अज रोंदे फिरदे आ बंदे, डरदे बोलदे नहीं, मैं मुक्तसर दे उस एक एक परिवार को जानना है जो गल च कूठा दे के लखां रुपया चोणां दे फंड दे रूप में लिया गया। ये मैं पंजवीं गल आपको कहना चाहना, और लास्ट विच मैं कहना चाहना, मैं कोई कांग्रेस शामिल नहीं हो रहा, एक ट्रैप सी, बूबी ट्रैप, मेरे ते ट्रैप लाया गया, चलो कुछ मेरे बंदे भी उहदे विच शामिल है, ट्रैप ही लाया गया। ऐसे बोलो दिवाली का त्यौहार चल रहा है, अब जगमीत सिंह ब्राहर को दिवाली के त्यौहार के बाद बहुत बड़ा समागम किया जाएगा दिल्ली में, सोनिया गांधी आएगी, राहुल गांधी आएंगे, प्रियंका गांधी भी वायनाड की चोट से जब फ्री हो जाएंगे वो आएंगे, और उनको बड़ी खुश असलीबी के साथ कांग्रेस ज्वाइन करवाई जाएगी। मैं ये लल्ले पप्पे, मैं ये अकिर्त घंटा, ये विश्वासघात मैं इस करके कहाँगा, मेरे बहुत परम मित्र है जसवीर सिंह डिंपा जिहड़े इंचार्ज है, मैं 30 साल तो जानना, शहीद परिवार है, वो मेरे को आए मैनू कहन लगे आ गल्लां करदे हन, आ गल्लां कहिंदे हन। मैं कहा जसवीर जी राजनीति विच इन्हां गल्लां दा कदे कोई मुल नहीं होया करदा, कदे कोई इहदा वजन नहीं होया करदा, इह झूठ और फ्रॉड है। और जगमीत सिंह बराड़ ये चोण ना लड़े, पर यह तो फैसला जगमीत सिंह बराड़ ने करना है। मेरे इस चुनाव लड़न नाल मेरा आपदी एक पोलीटिकल असैसमेंट है, मेरा एक आपदा पोलीटिकल एनालिसिस है, मेरा एक आपदा पोलीटिकल इन्हां जिहड़ी कमेटी ने मैनू अंदर रह दित्ती उन्हां दी असैसमेंट है कि यह ना होवे कि असी माड़िया बंदियां दा विरोध करदे करदे, माड़िया बंदियां दा विरोध करदे करदे कितें चंगियां बंदियां नूं भी जिहड़े राजनीति विच आ उन्हां दा कोई नुकसान कर दिए, पता नहीं हुंदा वोटर ने की करना है, किस पासे जाना। इस करके अंत विच टू कलमीनेट, मैं जगमीत सिंह ब्राहर आपदी इस सर्वसम्मति नाल जो रह गिद्दड़बाह हल्के दे पिंडां दे उन्हां 25 पिंडां जाण तों बाद
ਤੇ 15 ਬੰਦੇ ਦੋਦਾ ਜੈਲ ਦੇ ਤੇ 15 ਬੰਦੇ ਉਹਨਾਂ ਦੇ ਮੈਂ ਨਾਂ ਆਪ ਜੀ ਦੇ ਸਨਮੁਖ ਇਸ ਕਰਕੇ ਲੈਣਾ ਚਾਹੁੰਦਾ ਕਿ ਇਹ ਗੱਲ ਮੈਂ ਤੁਹਾਡੀ ਗੱਲ ਦਾ ਜਵਾਬ ਦੇਵਾਂਗਾ ਇਹ ਗੱਲ ਔਨ ਰਿਕਾਰਡ ਗਰੀਬ ਬੈਂਟਾਬਾਦ ਬਸਤੀ ਉਹਨਾਂ ਸਾਰਿਆਂ ਬੰਦਿਆਂ ਨੇ ਮੈਨੂੰ ਸਹਿਯੋਗ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਇਲੈਕਸ਼ਨ ਔਰ ਸੁਖਦੀਪ ਸਿੰਘ ਜੀ ਕੌਣੀ ਕੌਣੀ ਪਿੰਡ ਜਿਹੜਾ ਸਭ ਤੋਂ ਵੱਡਾ ਨਗਰ ਹੈ ਮੈਨੂੰ ਕੱਲ੍ਹ ਬੁਲਾ ਕੇ ਉਹਨਾਂ ਨੇ ਉੱਥੇ 50 ਬੰਦਿਆਂ ਦੇ ਵਿੱਚ ਮੈਂ ਜ਼ਿਆਦਾ ਨਹੀਂ ਕਹਾਂਗਾ ਜਿੰਨੇ ਕੁ ਬੰਦੇ ਆਏ ਉਹਨਾਂ ਨੇ ਮੈਨੂੰ ਚਾਹ ਪਾਣੀ ਛਕਾਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਅਤੇ ਇਸ ਕਮੇਟੀ ਨੂੰ ਆਪਦੇ ਮੱਥੇ 'ਤੇ ਲਾ ਕੇ ਇਹਨਾਂ ਦਾ ਜੋ ਹੁਕਮ ਹੈ ਕਿ ਮੈਂ ਇਸ ਚੋਣ 'ਚੋਂ ਆਪਣੇ ਕਾਗਜ਼ ਨਾਮਕਰਨ ਵਾਪਸ ਲਵਾਂਗਾ ਇਹ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਦਾ ਪ੍ਰੋਫੈਸਰ ਜਿਹੜਾ ਤੁਸੀਂ ਗੱਲਾਂ ਕੀਤੀਆਂ ਔਨ ਰਿਕਾਰਡ ਅਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਫਿਰ ਜੀ ਹਾਂਜੀ ਕਾਰਵਾਈ ਕਿਉਂ ਨਹੀਂ ਹੋ ਰਹੀ ਔਨ ਕਾਰਵਾਈ ਤਾਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਪੁੱਛਿਆ ਜਾ ਸਕਦਾ ਜਾਂ ਉਸ ਵੇਲੇ ਦੇ ਅਕਾਲੀ ਲੀਡਰਾਂ ਨੂੰ ਪੁੱਛਿਆ ਜਾ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਹੋ ਰਹੀ ਜੀ ਮਤਲਬ ਤੁਹਾਡਾ ਵਿਊ ਨਹੀਂ ਇਹਦੇ ਬਾਰੇ ਮੈਂ ਤਾਂ ਜੇ ਬੈਠਾ ਹੋਵਾਂ ਉਸ ਚੇਅਰ 'ਤੇ ਤਾਂ ਦੱਸਾਂ ਕਿ ਕਾਰਵਾਈ ਕਿਉਂ ਨਹੀਂ ਦੱਸ ਤਾਂ ਸਕਦੇ ਵਿਚਰ ਜਾ ਤਾਂ ਤੁਸੀਂ ਵੀ ਇੱਥੇ ਹੋ ਜੀ ਵਿਚਰ ਤਾਂ ਤੁਸੀਂ ਵੀ ਨਾਲ ਕਾਰਵਾਈ ਤੇ ਐਕਸ਼ਨ ਕਿਉਂ ਨਹੀਂ ਹੋਇਆ ਇਹ ਤਾਂ ਉਹਦੇ ਲਈ ਉਹੀ ਜਵਾਬ ਦੇ ਤੁਹਾਨੂੰ ਕੀ ਲੱਗਦਾ ਮੈਂ ਤੁਹਾਡੇ ਵਿਚਾਰ ਪੁੱਛ ਰਿਹਾ ਜੀ ਹੁਣ ਤੁਸੀਂ ਮੇਰੇ ਵਿਚਾਰ ਜਾਣ ਬੁੱਝ ਕੇ ਲੈਣਾ ਚਾਹੁੰਦੇ ਹੋ ਮੇਰੇ ਵਿਚਾਰ ਐਕਸ਼ਨ ਕਿਉਂ ਨਹੀਂ ਹੋਇਆ ਇਹ ਉਹ ਜਾਣਦੇ ਆ ਇਹ ਮੈਂ ਨਹੀਂ ਜਾਣਦਾ ਨਹੀਂ ਦੱਸੋ ਨਾ ਤਾਂ ਤੁਹਾਨੂੰ ਹੀ ਪੈਣਾ ਨਹੀਂ ਤੁਸੀਂ ਔਨ ਰਿਕਾਰਡ ਬੈਠੋ ਜੀ ਮਾਨ ਸਾਹਿਬ ਬੈਠੋ ਜੀ ਨਹੀਂ ਇਹ ਸਵਾਲ ਮੈਂ ਦੇਤਾ ਹਾਂ ਹੋਰ ਦੱਸੋ ਹੋਰ ਤਾਂ ਤੁਸੀਂ ਕਰ ਪਲੀਜ਼ ਇਹ ਮੈਂ ਕਹਤਾ ਕਿ ਉਹ ਨਿਰਣਾ ਆਪ ਕਰਨ ਜੋ ਹੁਕਮਰਾਨ ਤੁਸੀਂ ਜਿੰਨੀਆਂ ਵੀ ਗੱਲਾਂ ਜਿੰਨੇ ਵੀ ਨੁਕਤੇ ਚੱਕੇ ਇਹ ਤਾਂ ਸਾਰੇ ਦੇ ਸਾਰੇ ਰਾਜਨੀਤੀ 'ਚ ਤੁਹਾਡੀ ਫੇਵਰ 'ਚ ਭੁਗਤ ਸਕਦੇ ਸੀ ਜੇਕਰ ਤੁਸੀਂ ਇਹਨਾਂ ਨੂੰ ਬੂਸਟ ਕਰਦੇ ਤਾਂ ਜੀ 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 ਤੇ ਫਿਰ ਕਾਗਜ਼ ਵਾਪਸ ਲੈਣ ਵਾਲੀ ਗੱਲ ਜਿਹੜੀ ਨਿਕਲ ਕੇ ਆਉਂਦੀ ਹੈ ਉਹ ਕਿਹੜੇ ਮਾਈਂਡਸੈਟ 'ਚ ਆਉਂਦੀ ਹੈ ਨਹੀਂ ਮਾਈਂਡਸੈਟ ਨਹੀਂ ਉਹ ਮਾਈਂਡਸੈਟ ਇਹ ਹੈ ਕਿ ਜੋ ਰਹਿ ਆਪਦੇ ਬੰਦੇ ਜਿਹੜੇ ਮੇਰੇ ਨਾਲ ਐਡੇ ਆੜੇ ਵਕਤ 'ਚ ਰਹੇ ਹੈਗੇ ਉਹਨਾਂ ਦੀ ਮੈਜੋਰਿਟੀ ਇਹ ਓਪੀਨੀਅਨ ਹੈ ਕਿ ਆਪਾਂ ਨੂੰ ਇਹ ਚੋਣ ਨਹੀਂ ਲੈਣੀ ਇੱਕ ਸਵਾਲ ਔਰ ਮਨ 'ਚ ਤੁਸੀਂ ਕਿਹਾ ਜੀ ਵੀ ਚੰਗੇ ਬੰਦੇ ਨੁਕਸਾਨ ਨਾ ਹੋ ਜੇ ਵੀ ਤੁਹਾਡੇ ਖੜੇ ਨਾਲ ਜਿਹੜੀ ਵੋਟ ਦਾ ਉਹ ਚੰਗੇ ਬੰਦੇ ਕੌਣ ਹੈ ਚਲੋ ਚੰਗੇ ਬੰਦੇ ਮੇਰਾ ਕਹਿਣ ਦਾ ਮਤਲਬ ਇੱਥੇ ਆਜ਼ਾਦ ਵੀ ਉਮੀਦਵਾਰ ਲੜ ਰਹੇ ਹੈ ਇੱਥੇ ਦੂਜੇ ਵੀ ਲੜ ਰਹੇ ਹੈ ਮੈਂ ਕਿਹਦੇ ਬਾਰੇ ਕਹਾਂ ਹਾਂ ਇਹ ਗੱਲ ਜ਼ਰੂਰ ਹੈ ਮੈਂ ਆਪਣਿਆਂ ਬੰਦਿਆਂ ਨੂੰ ਆਪਣਿਆਂ ਦੋਸਤਾਂ ਨੂੰ ਆਪਣਿਆਂ ਮਿੱਤਰਾਂ ਨੂੰ ਕਿਸੇ ਔਕਵਰਡ ਪੋਜੀਸ਼ਨ 'ਚ ਨਾ ਪਾ ਕੇ ਉਹਨਾਂ ਨੂੰ ਆਪਦਾ ਨਿਰਣਾ ਆਪ ਕਰਨ ਲਈ ਕਹਿ ਰਿਹਾ ਆਪਣਾ ਨਿਰਣਾ ਖੁਦ ਕਰੋ ਮੇਰਾ ਦੋਸਤ ਜਿਹੜਾ ਅੱਜ ਮੇਰੇ ਨਾਲ ਨਿਭ ਗਿਆ ਉਦੋਂ ਪਵਿੱਤਰ ਪਾਕ ਆਤਮਾ ਮੇਰੇ ਮੁਤਾਬਕ ਉਹਨੂੰ ਕੁਛ ਵੀ ਤੁਸੀਂ ਸਮਝੋ ਮੇਰੀ ਜ਼ਮੀਰ ਦੇ ਵਿੱਚ ਉਹਨਾਂ ਪਰਿਵਾਰਾਂ ਦੀ ਔਰ ਉਹਨਾਂ ਦੀ ਇੱਜ਼ਤ ਜਿਹੜੀ ਹੈ ਉਹ 10 ਗੁਣਾ ਵੱਧ ਹੋ ਗਈ ਇਹ ਇਸ ਗੱਲ ਦਾ ਮੈਂ ਆਪ ਨੂੰ ਜੀ ਜਿੰਨੀਆਂ ਵੀ ਤੁਸੀਂ ਗੱਲਾਂ ਕੀਤੀਆਂ ਨਾ ਰਾਜਾ ਵੜਿੰਗ ਜੀ ਬਾਰੇ ਜੋ ਜੋ ਤੁਹਾਡੇ ਇਸ ਤਰੀਕੇ ਦੇ ਨਾਲ ਆਏ ਆ ਫੀਮ ਦੀ ਗੱਲ ਆਈ ਹੈ ਕਟਾਰੀਆ ਪਰਿਵਾਰ ਦੀ ਗੱਲ ਆਈ ਉਹ ਸਾਰੀਆਂ ਗੱਲਾਂ ਆ ਗਈਆਂ ਨਹੀਂ ਪਰ ਕੀ ਉਹ ਰਿਕਾਰਡ ਤੇ ਹਨ ਕਿ ਨਹੀਂ ਇਸ ਤੋਂ ਪਹਿਲਾਂ ਕਾਫੀ ਟੀਵੀ ਚੈਨਲਾਂ ਦੇ ਉੱਤੇ ਵੀ ਉਹ ਹੋ ਚੁੱਕ ਹੈਗੀਆਂ ਨੇ ਕੁਰਤੀਆਂ ਨਹੀਂ ਪਰ ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਇਸ ਤੋਂ ਪਹਿਲਾਂ ਕਟਾਰੀਆ ਪਰਿਵਾਰ ਦੇ ਨਾਲ ਕਿਤੇ ਤੁਹਾਡਾ ਫੇਸ ਟੂ ਫੇਸ ਗੱਲਬਾਤ ਹੋਈ ਹੋਵੇ ਮੇਰਾ ਡੈਫੀਨਿਟਲੀ ਮੈਂ ਇਨ ਟੱਚ ਰਿਹਾ ਜੀ ਜਦੋਂ ਉਹਨਾਂ ਨਾਲ ਜ਼ੁਲਮ ਹੋਇਆ ਮੈਂ ਵੀ ਕੋਈ ਫੀਮ ਵਾਲੇ ਮੁੱਦੇ ਉੱਤੇ ਜਿਸ ਤਰੀਕੇ ਨਾਲ ਵਿਕਰਮਜੀਤ ਮਜੀਠਾ ਨੇ ਜਿਹੜੀਆਂ ਗੱਲਾਂ ਕਹੀਆਂ ਸ਼ਾਇਦ ਜੇਕਰ ਮੈਂ ਨਾ ਭੁੱਲਦਾ ਹੋਵਾਂ ਤਾਂ ਤੁਸੀਂ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਦਾ ਕਿਤੇ ਨਾ ਕਿਤੇ ਪਾਰਟ ਸੀਗੇ ਉਸ ਤੋਂ ਬਾਅਦ ਵਿੱਚ ਜਾ ਕੇ ਪਾਰਟ ਨਹੀਂ ਇਹ ਉਸ ਤੋਂ ਪਹਿਲਾਂ ਦੀ ਘਟਨਾ ਹੈ ਘਟਨਾ ਉਸ ਤੋਂ ਪਹਿਲਾਂ ਦੀ ਹੈ ਪਰ ਜਦੋਂ ਉਸ ਤੋਂ ਪਹਿਲਾਂ ਦੀ ਘਟਨਾ ਹੈ ਔਰ ਮੈਂ ਉਦੋਂ ਕਾਂਗਰਸ ਵਿੱਚ ਹੀ ਸੀ ਕਿਉਂਕਿ 2012 'ਚ ਜਦੋਂ ਇਹ ਇਲੈਕਟ ਹੋਏ ਹੈ ਉਦੋਂ ਬਾਅਦ ਇਹ ਘਟਨਾ ਹੋਈ ਹੈ ਇਸ ਕਰਕੇ ਜਿਹੜੀ ਪਾਰਟੀ ਨੂੰ ਆਪ ਹੀ ਇਹ ਧਿਆਨ ਨਾ ਹੋਵੇ ਕਿ ਐਡਾ ਵੱਡਾ ਕੇਸ ਜਿਹਦੇ ਤੇ ਬਣਿਆ ਹੋਵੇ ਉਦੋਂ ਬਾਅਦ ਤਾਂ ਉਹਨਾਂ ਨੂੰ 5 ਅਹੁਦੇ ਦੇਤੇ ਕਾਂਗਰਸ ਮੈਂ ਉਹੀ ਕਹਿਣਾ ਨਹੀਂ ਚਲੋ ਤੁਸੀਂ ਉਸ ਵਕਤ ਕਾਂਗਰਸ ਸੀ ਤੁਸੀਂ ਉਸ ਵਕਤ ਪਾਰਟੀ ਵਿੱਚ ਰਹਿੰਦੇ ਹੋਏ ਇਹ ਆਵਾਜ਼ ਬੁਲੰਦ ਕੀਤੀ ਕਿ ਜਿਹੜੇ ਚਿਹਰੇ ਨੂੰ ਆਪਾਂ ਸਟੈਬਲਿਸ਼ ਕਰ ਰਹੇ ਹਾਂ ਹਾਂਜੀ ਉਹਦੇ ਉੱਤੇ ਇਸ ਤਰੀਕੇ ਦੇ ਐਲੀਗੇਸ਼ਨ ਲੱਗ ਰਹੇ ਨੇ ਤੁਸੀਂ ਉਸ ਵਕਤ ਬਾਅਦ ਚੱਕੀ ਜਦੋਂ ਅਕਾਲੀ ਦਲ ਤੇ ਕਾਂਗਰਸ ਇਸ ਮੁੱਦੇ ਤੇ ਇਕੱਠੀ ਹੋ ਗਈ ਤੁਸੀਂ ਇਸ ਬੰਦੇ ਦਾ ਅੰਦਾਜ਼ਾ ਲਾਓ ਕਿ ਤੁਹਾਨੂੰ ਪਤਾ ਨਹੀਂ ਕਿ ਕਮਰਜੀਤ ਸਿੰਘ ਰੋਜ਼ੀ ਔਰ ਬੰਟੀ ਜੀ ਹੋਰੀ ਜਾ ਕੇ ਵਿਕਰਮ ਮਜੀਠੀਆ ਔਰ ਸੁਖਬੀਰ ਜੀ ਨੂੰ ਮਿਲੇ ਕੇਸ ਰਾਜੇ ਤੋਂ ਵਾਪਸ ਲੈ ਤੂੰ ਵੱਡਾ ਸਬੂਤ ਉਹਨੂੰ ਇਸ ਤੋਂ ਅੱਗੇ ਕੀ ਕਹਿ ਸਕਦਾ ਤੁਸੀਂ ਕੁਛ ਪੁੱਛਣਾ ਚਾਹੋਗੇ ਅਗਲਾ ਸਟੈਪ ਮੈਂ ਹੁਣ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜੋ ਉਹਨਾਂ ਦਾ ਫੈਸਲਾ ਹੋਏਗਾ ਉਹ ਤੇ ਫੁੱਲ ਚੜਾਉਂਦਾ ਬਦਲੇ ਨੇ ਤੁਹਾਡੇ ਆਉਣ ਦੇ ਨਾਲ ਚਿੱਤਰਕਾਰ ਅਚਾਨਕ ਕਾਗਜ਼ ਵਾਪਸ ਲੈਣਾ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਕਿ ਮੈਨੂੰ ਜੋ ਮੇਰੀ ਇਸ ਸਲਾਹਕਾਰ ਕਮੇਟੀ ਦੇ ਸਤਿਕਾਰਯੋਗ ਮੇਰੇ ਸਾਥੀਆਂ ਨੇ ਮੈਨੂੰ ਹੁਕਮ ਕੀਤਾ ਮੈਂ ਉਹਦੀ ਪਹਿਲਾਂ ਕਾਗਜ਼ ਭਰਨਾ ਸੀ ਸਲਾਹਕਾਰ ਕਮੇਟੀ ਨੇ ਕਿਹਾ ਹੋਣਾ ਜੀ ਰਹਿਤ ਹੈ ਫਿਰ ਵਾਪਸੀ ਕਿਉਂ ਜੀ ਫਿਰ ਇਹ ਵੀ ਹੈ ਹਾਂ ਕਿ ਕਾਂਗਰਸ ਤੁਸੀਂ ਨਹੀਂ ਜਾ ਰਹੇ ਇਨ ਫਿਊਚਰ ਤੁਹਾਨੂੰ ਬੀਜੇਪੀ 'ਚ ਦੇਖਿਆ ਜਾ ਸਕਦਾ ਨਾ ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਹਿੱਸਾ ਨਹੀਂ ਹਾਂ ਔਰ ਆਉਣ ਵਾਲੇ ਸਮੇਂ ਵਿੱਚ ਮੈਂ ਆਪਣੀ ਪੰਜਾਬੀਅਤ ਦੇ ਮੁੱਦੇ ਪਾਣੀਆਂ ਦੇ ਮੁੱਦੇ ਪੰਜਾਬ ਦੇ ਅੰਦਰ ਹੋ ਰਹੇ ਜੋ ਧੱਕੇ ਔਰ ਨਸ਼ਿਆਂ ਦਾ ਮੁੱਦਾ ਹੈ
ਇਹਨੂੰ ਪਹਿਲਾਂ ਵੀ ਮੈਂ ਮੁਕਤਸਰ ਆ ਹੁਣ ਕਹੂੰਗੇ ਇਹ ਵੀ ਆਫਟਰ ਥਾਟ ਹੈ ਕਿ ਮੈਂ ਮੁਕਤਸਰ ਅੱਜ ਤੋਂ ਮਹੀਨਾ ਪਹਿਲਾਂ ਜਦੋਂ ਇਲੈਕਸ਼ਨ ਦਾ ਕੋਈ 3 ਮਹੀਨੇ ਪਹਿਲਾਂ ਉਦੋਂ ਵੀ ਪ੍ਰੋਗਰਾਮ ਦੇਖਿਆ ਮੀਟਿੰਗ ਵਿੱਚ ਜਿਹੜੀ ਤੁਹਾਡੀ ਮੀਟਿੰਗ ਆਪਣੇ ਕੇਂਦਰ ਦੇ ਨਾਲ ਹੋਈ ਹੈ ਤੁਹਾਡੇ ਖਾਸ ਬੰਦਿਆਂ ਦੇ ਨਾਲ ਹੋਈ ਹੈ ਉਹਦੇ ਵਿੱਚ ਇੱਕ ਗੱਲ ਇਹ ਵੀ ਤਾਂ ਹੋਈ ਹੋਊਗੀ ਨਾ ਵੀ ਆਪਾਂ ਹੁਣ ਆਪਣਾ ਕੇਂਦਰ ਕਿਹਦੇ ਹੱਕ ਵਿੱਚ ਭੁਗਤਾਉਣਾ ਹੈ ਜਾਂ ਨਹੀਂ ਹੈ ਉਹ ਮੈਂ ਆਪ ਜੀ ਦੇ ਸਨਮੁਖ ਬੇਨਤੀ ਕਰ ਚੁੱਕਿਆ ਮੈਂ ਉਹਨਾਂ ਤੇ ਛੱਡਤਾ ਤੁਸੀਂ ਫਰੀ ਹੈਂਡ ਹਰ ਇੱਕ ਕੇਂਦਰ ਨੂੰ ਦੇ ਦਿੱਤਾ ਉਹਨਾਂ ਨੂੰ ਨਹੀਂ